चित है ना विसरे काम मेरा, चित है ना विसरे काम मेरा, चित है ना विसरे काम मेरा, तू साजन तू प्रीतम मेरा, प्रीतम मेरा, जी तू साजन तू प्रीतम मेरा, प्रीतम मेरा, चित है न बिसरे काम मेरा, विसरे काहू मेरा, तू साजन तू प्रीतम मेरा, प्रीतम मेरा, जी तू साजन तू प्रीतम मेरा, प्रीतम मेरा, मन सादारा, मन सादारा, तू साजन प्रीतम मेरा, प्रीतम मेरा, जी तू साजन विसरै काहू मेरा, चित है ना विसरै काहू मेरा, तू साजन प्रीतम मेरा, प्रीतम मेरा, तू साजन
ਸਾਜਨਿਵਾਸ ਜੀ ਸਤਿ ਸੰਗਤ ਜੀ ਆਪ ਜੀ ਵਡਭਾਗੇ ਹੋ ਆਪਣੇ ਰਜੀਵਿਆਂ 'ਚੋਂ ਨਿਕਲ ਕੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸਾਹਿਬ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਬੈਠ ਕੇ ਗੁਰਬਾਣੀ ਕੀਰਤਨ ਸਰਵਣ ਕਰ ਆਪਣਾ ਸਮਾਂ ਸਫਲ ਕਰ ਰਹੇ ਸਤਿਗੁਰੂ ਸੱਚੇ ਪਾਤਸ਼ਾਹ ਮਿਰਮਤ ਕਰਨ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਸਾਰਿਆਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ ਹੋਈਆਂ ਬੇਨਤ ਫੁੱਲਾਂ ਦੀ ਖੋਹਿਮਾ ਆਓ ਅਗਲਾ ਪ੍ਰੋਗਰਾਮ ਸਤਿਕਾਰਯੋਗ ਸਟੇਜ ਸਕੱਤਰ ਸਾਹਿਬਾਨ ਤਨਾ ਪਾਸੋਂ ਸਰਵਣ ਕਰਦੇ ਹਾਂ ਜੀ ਪਿਆਰ ਸਾਹਿਤ ਬਲੋ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਪ੍ਰਸਾਦ ਸਿੰਘ ਜੀ ਆਓ ਸਭ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਨ ਦੇ ਦੀਵਾਨਾਂ ਵਿੱਚ ਵਾਹਿਗੁਰੂ ਸਾਹਿਬ ਜੀ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭਿਖਾਰੀ ਜੀਓ
ਮੈਂ ਕਿਆ ਮੰਗੂ ਕਿਸ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹਉ ਕਰੀ ਵਖਿਆਨ। ਮਤ ਸੁਮਤ ਤੇਰਾ ਬਸ ਸੁਆਮੀ, ਹਮ ਜੰਤ ਤੂੰ ਪੁਰਖ ਜਨਤੈਨੀ, ਜਨ ਨਾਨਕੇ ਪ੍ਰਭ ਕਰਤੇ ਸੁਆਮੀ, ਜਿਉਂ ਪਾਵੈ ਤਿਵੈ ਬੁਲੈਨੀ, ਜਨ ਨਾਨਕੇ ਪ੍ਰਭ ਕਰਤੇ ਸੁਆਮੀ, ਜਿਉਂ ਪਾਵੈ ਤਿਵੈ ਬੁਲੈਨੀ। ਪਰਮ ਪੂਜੇ ਪਾਦ ਵਾਲੀਏ ਕੁਲ ਆਲਮ ਹਜੂਰੇ ਅਨਵਰ ਸ਼ਾਹੇ ਸ਼ਹਿਨ ਸਾਹਿਬ, ਜੁਗੋ ਜੁਗ ਅਟਲ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਦੀ ਕਿਰਪਾ ਬਖਸ਼ ਦਾ ਸਦਕਾ ਹਫ਼ਤਾਵਾਰੀ ਦਿਨ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਰਹੀ ਸਤਿਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਆਪ ਵਡਭਾਗੀ ਸੰਗਤਾਂ ਨੇ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਗੁਰੂ ਘਰ ਦੇ ਹਜ਼ੂਰੀ ਰਾਗੀ ਜਥੇ ਪਾਸੋਂ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਕੁਝ ਸਮਾਂ ਗੁਰਮਤਿ ਦੀ ਵਿਚਾਰ ਕਰਨ ਦਾ ਹੁਕਮ ਹੋਇਆ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਿਰਪਾ ਬਖਸ਼ਿਸ਼ ਰਹਿਮਤ ਕਰਨ, ਆਪ ਸੰਗਤਾਂ ਅਸੀਸ ਬਖਸ਼ੋ। ਸੋ ਗੁਰਮਤਿ ਦੀ ਵਿਚਾਰ ਆਰੰਭ ਕਰਨ ਤੋਂ ਪਹਿਲੇ ਕਲਗੀਧਰ ਪਾਤਸ਼ਾਹ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰਫਤਿਹ ਦੇ ਨਾਲ ਸਾਂਝ ਪਾਈਏ। ਸਾਰੀ ਸੰਗਤ ਗੱਜ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਸੰਗ ਜੀ, ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਮ੍ਰਿਤ ਵੇਲੇ ਜਿਸ ਵੇਲੇ ਇਸ ਅਸਥਾਨ 'ਤੇ ਪ੍ਰਕਾਸ਼ ਹੋਇਆ, ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਾਹਿਬ ਜੀ ਨੇ ਪਾਵਨ ਸ੍ਰੀ ਮੁਖਵਾਕ ਬਖਸ਼ਿਸ਼ ਕੀਤਾ, ਜੋ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 773 ਅੰਗ 'ਤੇ ਹੈ। ਜੋ ਆਪਾਂ ਲਾਵਾਂ ਦਾ ਪਾਠ ਆਨੰਦ ਕਾਰਜ ਦੇ ਸਮੇਂ ਕਰਦੇ ਹਾਂ, ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਉਚਾਰਨ ਕੀਤਾ। ਸੋ ਉਸ ਪਾਵਨ ਸ੍ਰੀ ਮੁਖਵਾਕ ਦੇ ਆਧਾਰ 'ਤੇ ਆਪਾਂ ਵਿਚਾਰ ਪ੍ਰਾਰੰਭ ਕਰਨਾ ਕਰਾਂਗੇ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਇਹ ਪਾਵਨ ਸਾਧ ਸਿੰਘ ਜੀ ਲਾਵਾਂ ਦਾ ਪਾਠ ਕਿਉਂ ਉਚਾਰਨ ਕੀਤਾ? ਜਦੋਂ ਆਪਾਂ ਇਸ ਦੇ ਬਾਰੇ ਵਿਚਾਰ ਕਰਦੇ ਹਾਂ ਤਾਂ ਸਾਨੂੰ ਇਹ ਵਿਚਾਰ ਕਰਨੀ ਬੜੀ ਜ਼ਰੂਰੀ ਬਣਦੀ ਹੈ ਕਿ ਸਿੱਖ ਧਰਮ ਅੰਦਰ ਗੁਰੂ ਰਾਮਦਾਸ ਸਾਹਿਬ ਜੀ ਤੋਂ ਪਹਿਲੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਅਮਰਦਾਸ ਸਾਹਿਬ ਜੀ ਤੱਕ ਜੋ ਆਨੰਦ ਕਾਰਜ ਹੋਏ, ਵਿਆਹ ਹੋਏ, ਉਹ ਫਿਰ ਆਨੰਦ ਕਾਰਜ ਕਿਵੇਂ ਹੋਏ, ਉਹਨਾਂ ਦੀ ਕੀ ਮਰਯਾਦਾ ਸੀ, ਇਸ ਗੱਲ ਨੂੰ ਸਜਾਨਣਾ ਸਾਡੇ ਵਾਸਤੇ ਅਤਿਅੰਤ ਜ਼ਰੂਰੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲੇ ਸਾਡੇ ਸਮਾਜ ਦੇ ਅੰਦਰ ਜੋ ਸਾਧ ਸੰਗਤ ਜੀ ਪੰਜਾਬ ਦੀ ਧਰਤੀ ਹੈ, ਇੱਥੇ ਜਿੰਨੇ ਵੀ ਵਿਆਹ ਹੋਣਾ ਕਰਦੇ ਸਨ,
ਕੁਝ ਤਾਂ ਮੁਸਲਮਾਨ ਲੋਕ ਰਹਿੰਦੇ ਸਨ, ਉਹ ਮੁਸਲਮਾਨ ਰੀਤੀ ਅਨੁਸਾਰ ਨਿਕਾਹ ਕਰਦੇ ਸਨ। ਕੁਝ ਹਿੰਦੂ ਲੋਕ ਸਨ ਜਿਹੜੇ ਕਿ ਬੇਦੀ ਦੇ ਦੁਆਰਾ ਅੱਗ ਬਾਲ ਕਰਕੇ, ਅਤੇ ਉਹ ਸਾਧ ਸਿੰਘ ਜੀ ਜਿਹੜਾ ਹੈ ਅੱਗ ਦੇ ਦੁਆਰੇ ਪਰਿਕਰਮਾ ਕਰਦੇ, ਫੇਰੇ ਕਰਨਾ ਕਰਦੇ ਸਨ। ਜਦੋਂ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਪੁਰਾਤਨ ਜਨਮ ਸਾਖੀਆਂ ਵਿੱਚੋਂ ਪੜ੍ਹਦੇ ਹਾਂ, ਜਾਂ ਕਵੀ ਸੰਤੋਖ ਸਿੰਘ ਜੀ ਦੀ ਰਚਨਾ ਨਾਨਕ ਪ੍ਰਕਾਸ਼ ਉਹਨੂੰ ਪੜ੍ਹਨਾ ਕਰਦੇ ਹਾਂ, ਉਹਦੇ ਵਿੱਚ ਵੀ ਇਹ ਬਚਨ ਆਉਂਦੇ ਹੈ ਕਿ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦਾ ਸਾਧ ਸਿੰਘ ਜੀ, ਜਦੋਂ ਬੇਬੇ ਨਾਨਕੀ ਜੀ ਨੇ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਰਿਸ਼ਤਾ ਕਰਨਾ ਕੀਤਾ ਹੈ, ਸੋ ਬਟਾਲੇ ਦੀ ਧਰਤੀ 'ਤੇ ਜੋ ਸਾਧ ਸਿੰਘ ਜੀ ਰੰਧਾਵਿਆਂ ਦਾ ਪਟਵਾਰੀ ਹੈ, ਉਹਨਾਂ ਦੀ ਲੜਕੀ ਬੇਬੀ ਸੁਲੱਖਣੀ ਜੀ, ਜੋ ਸਾਡੇ ਸਤਿਕਾਰਯੋਗ ਮਾਤਾ ਜੀ ਹਨ, ਉਹਨਾਂ ਦਾ ਰਿਸ਼ਤਾ ਹੋਇਆ ਹੈ। ਇਹ ਖਬਰ ਤਲਵੰਡੀ ਨਗਰ ਵਿੱਚ ਪਹੁੰਚੀ ਹੈ। ਤਲਵੰਡੀ ਨਗਰ ਤੋਂ ਰਾਏ ਬਲਾਰ ਜੀ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਬਾਬਾ ਕਲਿਆਣ ਚੰਦ ਜੀ, ਬਹੁਤ ਸਾਰੇ ਰਿਸ਼ਤੇਦਾਰ ਸੰਬੰਧੀ ਇਕੱਠੇ ਹੋ ਕਰਕੇ ਸੁਲਤਾਨਪੁਰ ਦੀ ਧਰਤੀ 'ਤੇ ਆਏ ਹਨ, ਔਰ ਸੁਲਤਾਨਪੁਰ ਦੀ ਧਰਤੀ 'ਤੇ ਗੁਰੂ ਨਾਨਕ ਸਾਹਿਬ ਜੀ ਨੂੰ ਰਹਿੰਦਿਆਂ ਹੋਇਆਂ ਕਾਫੀ ਸਮਾਂ ਹੋ ਚੁੱਕਾ, ਮੋਦੀ ਦਾ ਕੰਮ ਕਰਦੇ ਹਨ, ਇਸ ਕਰਕੇ ਬਹੁਤ ਸਾਰੇ ਲੋਕਾਂ ਦੀ ਜਾਣਕਾਰੀ ਬਣ ਚੁੱਕੀ ਹੈ, ਅਤੇ ਇਸ ਲਈ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀ ਦਾ ਜਦੋਂ ਵਿਆਹ ਕਰਨ ਵਾਸਤੇ ਬਰਾਤ ਦੀ ਚੜ੍ਹਾਈ ਹੋਈ, ਭਾਈ ਸੰਤੋਖ ਸਿੰਘ ਜੀ ਲਿਖਦੇ ਨਾਨਕ ਪ੍ਰਕਾਸ਼ ਵਿੱਚ ਔਰ ਪੁਰਾਤਨ ਜਨਮ ਸਾਖੀਆਂ ਵਿੱਚ ਵੀ ਬਚਨ ਆਉਂਦੇ ਹੈ ਕਿ ਵੱਖ ਵੱਖ ਜਾਤਾਂ ਅਤੇ ਵੱਖ ਵੱਖ ਗੋਤਾਂ ਦੇ ਲੋਕ ਜਿੱਥੇ ਇਸ ਬਰਾਤ ਵਿੱਚ ਸ਼ਾਮਿਲ ਹੋਏ, ਉੱਥੇ ਮੁਸਲਮਾਨ ਅਤੇ ਹਿੰਦੂ ਲੋਕ ਵੀ ਇਸ ਬਰਾਤ ਵਿੱਚ ਆਏ। ਇਹ ਸਾਧ ਸਿੰਘ ਜੀ ਇਤਿਹਾਸ ਦੇ ਵਿੱਚ ਇੱਕ ਨਵੀਂ ਮਿਸਾਲ ਮਿਲਣਾ ਕਰਦੀ ਹੈ ਕਿ ਅੱਜ ਤੱਕ ਦੁਨੀਆ ਦੇ ਉੱਤੇ ਜਿੰਨੇ ਵੀ ਔਲੀਏ ਅਵਤਾਰ ਪੈਗੰਬਰ ਹੋਏ ਹੈ, ਉਹਨਾਂ ਦੀ ਕਿਸੇ ਵੀ ਖੁਸ਼ੀ ਦੇ ਸਮੇਂ ਦੇ ਵਿੱਚ ਜੇ ਹਿੰਦੂਆਂ ਦੇ ਅਵਤਾਰ ਹੋਏ ਤਾਂ ਉਹਦੇ ਵਿੱਚ ਕੇਵਲ ਹਿੰਦੂ ਸ਼ਾਮਿਲ ਹੋਏ, ਜੇ ਮੁਸਲਮਾਨਾਂ ਦੇ ਹੋਏ ਉਹਨਾਂ ਦੀ ਕਿਸੇ ਖੁਸ਼ੀ ਦੇ ਸਮੇਂ ਦੇ ਵਿੱਚ ਕੇਵਲ ਮੁਸਲਮਾਨ ਜਿਹੜਾ ਹੈ ਸ਼ਾਮਿਲ ਹੋਏ। ਧੰਨ ਗੁਰੂ ਨਾਨਕ ਸਾਹਿਬ ਜੀ ਹਨ ਐਸੇ ਅਵਤਾਰ ਜਿਨ੍ਹਾਂ ਦੀ ਬਰਾਤ ਦੀ ਰਵਾਨਗੀ ਹੋਈ ਅਤੇ ਉਹਦੇ ਵਿੱਚ ਸਾਰੇ ਹਿੰਦੂ ਮੁਸਲਿਮ ਹੋਰ ਕਈ ਸਾਧ ਸਿੰਘ ਜੀ ਵਰਨਾ ਦੇ ਅਤੇ ਆਸ਼ਰਮਾਂ ਦੇ ਲੋਕ ਬਹੁਤ ਸਾਰੇ ਜਿਹੜਾ ਹੈ ਜਿਵੇਂ ਬਾਨਪ੍ਰਸਤੀ ਸਨ, ਪਹਿਲੇ ਸੰਨਿਆਸੀ ਸਨ, ਬ੍ਰਹਮਚਾਰੀ ਸਨ, ਸਾਰੇ ਹੀ ਜਿਹੜਾ ਹੈ ਇਸ ਬਰਾਤ ਵਿੱਚ ਆਏ, ਭਾਵੇਂ ਕਿ ਉਹ ਰੱਬ ਨੂੰ ਮੰਨਣ ਵਾਲੀਆਂ ਰੂਹਾਂ ਸਨ, ਤੁਰੇ ਹਨ, ਪਰ ਇਹਨਾਂ ਸਾਰਿਆਂ ਦੇ ਵਿੱਚ ਜਿਹੜਾ ਪੰਜਾਬ ਦੀ ਧਰਤੀ 'ਤੇ ਉਦੋਂ ਰੀਤ ਚੱਲਦੀ ਸੀ ਇਹਨਾਂ ਵਿਆਹਾਂ ਦੀ, ਉਹ ਸਾਰੀ ਹਿੰਦੂ ਰੀਤ ਚੱਲਣਾ ਕਰਦੀ ਸੀ ਜੋ ਹਿੰਦੂ ਸਮਾਜ ਦੇ ਵਿੱਚ ਅੱਜ ਵੀ ਚੱਲਦੀ ਹੈ। ਬਟਾਲੇ ਦੀ ਧਰਤੀ 'ਤੇ ਪਹੁੰਚੇ ਔਰ ਉਸ ਧਰਤੀ 'ਤੇ ਜਾ ਕਰਕੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਬਰਾਤ ਦਾ ਟਿਕਾਓ ਹੋਇਆ ਹੈ, ਅਤੇ ਅੱਗੋਂ ਜਿਹੜਾ ਹੈ ਬਹੁਤ ਪਿਆਰ ਅਤੇ ਸਤਿਕਾਰ ਦੇ ਨਾਲ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਬਰਾਤ ਦਾ ਸਤਿਕਾਰ ਕੀਤਾ ਗਿਆ, ਔਰ ਜਿਸ ਵੇਲੇ ਭੋਜਨ ਆਦਿਕ ਛਕਾਇਆ ਗਿਆ, ਪਰ ਜਦੋਂ ਸਮਾਂ ਹੋਇਆ ਕਿ ਹੁਣ ਫੇਰੇ ਕਰਨੇ ਹਨ, ਤਾਂ ਉਸ ਵੇਲੇ ਸਾਧ ਸਿੰਘ ਜੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਇਸ ਗੱਲ ਦੇ ਉੱਤੇ ਆ ਕੇ ਇਨਕਾਰ ਕਰ ਦਿੱਤਾ ਕਿ ਮੈਂ ਅੱਗ ਦੁਆਰੇ ਜਿਹੜਾ ਹੈ ਪਰਿਕਰਮਾ ਨਹੀਂ ਕਰਨੀਆਂ। ਹੁਣ ਇੱਕ ਸਮਾਜ ਦੀ ਐਸੀ ਰੀਤ ਚੱਲਦੀ ਹੈ, ਸਾਰਾ ਸਮਾਜ ਉਸ ਰੀਤ ਦੇ ਵਿੱਚ ਜਿਹੜਾ ਹੈ ਪਰੁਚਿਆ ਹੋਇਆ, ਸਾਰਾ ਸੰਸਾਰ ਉਸ ਰੀਤ ਨੂੰ ਨਿਭਾ ਰਿਹਾ ਹੈ, ਪਰ ਇੱਕ ਕੋਈ ਐਸਾ ਪੁਰਸ਼ ਜਿਹੜਾ ਜਦੋਂ ਇਹ ਗੱਲ ਕਰਨਾ ਕਰੇ ਤਾਂ ਸਾਰਿਆਂ ਨੂੰ ਨਵੀਂ ਜੀ ਲੱਗਣਾ ਕਰਦੀ ਵੀ ਅਤੇ ਨਵਾਂ ਹੀ ਕੰਮ ਆਰੰਭ ਕਰ ਦਿੱਤਾ, ਕਿਉਂਕਿ ਅਸੀਂ ਜਿਸ
ਕਰਮ ਕਾਂਡ ਦੇ ਨਾਲ ਜਿਸ ਚੀਜ਼ ਦੇ ਨਾਲ ਜੁੜ ਜਾਂਦੇ ਉਸ ਨੂੰ ਛੱਡਣ ਲਈ ਤਿਆਰ ਨਹੀਂ ਹੋਣਾ ਕਰਦੇ, ਸਾਡੇ ਮਨ ਉੱਧਰ ਜੁੜੇ ਹੁੰਦੇ ਹੈ। ਅੱਜ ਵੀ ਸਮਾਜ ਦੀ ਇਹ ਹਾਲਤ ਹੈ, ਪਹਿਲਾਂ ਵੀ ਸੀ। ਸੋ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਵੇਲੇ ਸਾਧ ਸੰਗਤ ਜੀ ਪੰਡਿਤ ਨੇ ਆ ਕਰਕੇ ਕਹਿਣਾ ਕੀਤਾ ਵੀ ਤੁਸੀਂ ਦੱਸੋ ਵੀ ਇਹ ਜੋ ਤੁਸੀਂ ਪਰਿਕਰਮਾ ਕਰਨ ਤੋਂ ਨਾ ਕਰ ਦਿੱਤੀ ਹੈ ਤਾਂ ਸਮਾਜ ਦੀ ਰੀਤੀ ਹੈ, ਤੁਹਾਡੇ ਵੱਡ ਵਡੇਰਿਆਂ ਦੀ ਹੈ, ਤੁਸੀਂ ਖੱਤਰੀ ਹੋ, ਖੱਤਰੀਆਂ ਦੀ ਰੀਤ ਚੱਲਦੀ ਆ ਰਹੀ ਹੈ। ਪਰ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਵੀ ਨਹੀਂ, ਅਸੀਂ ਜਿਹੜਾ ਹੈ ਅੱਗ ਦੇ ਦੁਆਲੇ ਪਰਿਕਰਮਾ ਨਹੀਂ ਕਰਾਂਗੇ। ਇਸ ਦੋਸ਼ ਵਿੱਚ ਕਵੀ ਸੰਤੋਖ ਸਿੰਘ ਜੀ ਕਹਿੰਦੇ ਕਿ ਉਹਨਾਂ ਨੇ ਕਈ ਸਾਧ ਸੰਗਤ ਜੀ ਜਿਹੜਾ ਹੈ ਸਮਾਂ ਕਈ ਸਿਆਣੇ ਆਏ, ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਸਮਾਂ ਵੀ ਗਾਂਹ ਕੀਤਾ ਗਿਆ ਔਰ ਇੱਥੋਂ ਤੱਕ ਵੀ ਕਈ ਘਟਨਾਵਾਂ ਵਾਪਰੀਆਂ। ਜੋ ਅੱਜ ਗੁਰਦੁਆਰਾ ਕੰਧ ਸਾਹਿਬ ਬਣਿਆ ਹੋਇਆ ਹੈ, ਇਹ ਕੱਚੀ ਕੰਧ ਸੀ ਅਤੇ ਇਹਦੇ ਲਾਗੇ ਸਤਿਗੁਰਾਂ ਦਾ ਮੰਜਾ ਡਹਾਉਣਾ ਕੀਤਾ, ਇਹ ਸਾਰੀ ਪੰਡਤਾਂ ਦੀ ਉਸ ਸਮੇਂ ਚਲਾਕੀ ਸੀ। ਉਹਨਾਂ ਦੀਆਂ ਸਿਖਾਈਆਂ ਹੋਈਆਂ ਬੀਬੀਆਂ ਸਨ ਜਿਨ੍ਹਾਂ ਨੇ ਕੰਧ ਨੂੰ ਧੱਕਾ ਲਾਉਣ ਦੀ ਕੋਸ਼ਿਸ਼ ਕੀਤੀ ਵੀ ਧੱਕਾ ਮਾਰ ਕੇ ਡੇਗ ਦੇਣਾ ਕਰੀਏ, ਅਤੇ ਪੁਰਾਤਨ ਜਨਮ ਸਾਖੀਆਂ ਵਿੱਚ ਬਚਨ ਆਉਂਦੇ ਸਤਿਗੁਰਾਂ ਨੇ ਕਹਿ ਦਿੱਤਾ ਜਦੋਂ ਇੱਕ ਮਾਈ ਨੇ ਆ ਕਰਕੇ ਤਰਲਾ ਕੀਤਾ, ਸਤਿਗੁਰੂ ਤੁਹਾਡੇ ਇਸ ਜਿਹੜਾ ਹੈ ਨਾਲ ਵੈਰ ਕਰ ਰਹੇ ਆ ਲੋਕ ਅਤੇ ਕੰਧ ਡੇਗ ਕਰਕੇ ਤੁਹਾਨੂੰ ਇਹ ਮਾਰਨਾ ਚਾਹੁੰਦੇ ਹੈ, ਤੁਹਾਡੀ ਬੇਇੱਜ਼ਤੀ ਕਰਨੀ ਚਾਹੁੰਦੇ ਹੈ। ਅਤੇ ਸਤਿਗੁਰਾਂ ਨੇ ਬਚਨ ਕਹਿ ਦਿੱਤਾ ਸੀ, ਮਾਤਾ ਸਾਡੇ ਵਿਆਹ ਦੀ ਨਿਸ਼ਾਨੀ ਇਹ ਕਈਆਂ ਯੁੱਗਾਂ ਤੱਕ ਜਿਹੜਾ ਹੈ ਡਿੱਗੇਗੀ ਨਹੀਂ। ਅੱਜ ਵੀ ਉਹ ਕੱਚੀ ਕੰਧ ਉੱਥੇ ਖੜ੍ਹੀ ਹੈ, ਉਹਦੇ ਲਾਗੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਸਥਾਨ ਬਣਿਆ ਹੋਇਆ। ਦਾਸ ਨੇ ਦੋ ਚਾਰ ਦਿਨ ਉੱਥੇ ਹਾਜ਼ਰੀ ਭਰੀ ਕਥਾ ਦੀ। ਉਹ ਸਾਧ ਸੰਗਤ ਜੀ ਉਸ ਅਸਥਾਨ ਦੇ ਉੱਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਬਚਨ ਕਹਿ ਦਿੱਤੇ ਵੀ ਇਹ ਨਹੀਂ ਡਿੱਗੇਗੀ। ਹੁਣ ਉਹਨਾਂ ਨੇ ਆਪਣਾ ਜ਼ੋਰ ਲਾ ਕੇ ਵੇਖਣਾ ਕੀਤਾ ਵੀ ਕੱਚੀ ਕੰਧ ਤਾਂ ਡਿੱਗ ਜਾਂਦੀ ਧੱਕਾ ਮਾਰ ਕਰਕੇ, ਪਰ ਬੜਾ ਜ਼ੋਰ ਲਾਉਣ 'ਤੇ ਨਹੀਂ ਡਿੱਗੀ, ਹਾਰ ਗਏ। ਫਿਰ ਆਖਿਰਕਾਰ ਵਿਚਾਰ ਕੀਤੀ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੂੰ ਕਿਹਾ ਵੀ ਹੁਣ ਜਿਵੇਂ ਤੁਸੀਂ ਕਹਿਣਾ ਕਰਦੇ ਹੋ ਉਵੇਂ ਅਸੀਂ ਮੰਨਣ ਲਈ ਤੁਹਾਡਾ ਬਚਨ ਤਿਆਰ ਹੈ। ਅਤੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੂੰ ਕਹਿੰਦੇ ਤੁਸੀਂ ਦੱਸੋ ਵੀ ਕਾਹਦੇ ਦੁਆਲੇ ਪਰਿਕਰਮਾ ਕਰੋਗੇ। ਉਸ ਵੇਲੇ ਸਾਧ ਸੰਗਤ ਜੀ ਗਰੀਬ ਨਿਵਾਸ ਗੁਰੂ ਨਾਨਕ ਸਾਹਿਬ ਜੀ ਨੇ ਜੋ ਮੂਲ ਮੰਤਰ ਸੱਚਖੰਡ ਵਿੱਚ ਜਾ ਕਰਕੇ ਪ੍ਰਾਪਤ ਕੀਤਾ ਸੀ, ਉਹ ਮੂਲ ਮੰਤਰ ਜਿਹੜਾ ਹੈ ਉਸ ਸਮੇਂ ਕਾਗਜ਼ ਦੇ ਉੱਪਰ ਲਿਖ ਕਰਕੇ ਚੰਦਨ ਦੀ ਚੌਂਕੀ ਦੇ ਉੱਤੇ ਰੱਖਣਾ ਕੀਤਾ, ਸੁੰਦਰ ਕੱਪੜਾ ਵਸਤਰ ਵਿਛਾਉਣਾ ਕੀਤਾ। ਅਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵੀ ਅਸੀਂ ਇਸ ਮੂਲ ਮੰਤਰ ਦੁਆਲੇ ਪਰਿਕਰਮਾ ਕਰਾਂਗੇ। ਮੂਲ ਮੰਤਰ ਪਰਮਾਤਮਾ ਦਾ ਸਰੂਪ ਹੈ, ਪਰਮੇਸ਼ਰ ਦਾ ਸਰੂਪ ਹੈ। ਅੱਜ ਭਾਵੇਂ ਅਸੀਂ ਮੂਲ ਮੰਤਰ ਤੋਂ ਟੁੱਟ ਚੁੱਕੇ ਹਾਂ ਜਾਂ ਮੂਲ ਮੰਤਰ ਦੀ ਬਣਤਰ ਨੂੰ ਵਿਗਾੜਨ ਦੀ ਵੀ ਕੋਸ਼ਿਸ਼ ਕੀਤੀ ਹੈ, ਪਰ ਸਾਧ ਸੰਗਤ ਜੀ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀਆਂ ਪੁਰਾਤਨ ਜਿੰਨੀਆਂ ਵੀ ਲਿਖਤਾਂ ਹਨ ਉਹਨਾਂ ਵਿੱਚ ਮੂਲ ਮੰਤਰ ਦਾ ਜਿਹੜਾ ਸਰੂਪ ਹੈ ਉਹ ਪੂਰਨ ਤੌਰ 'ਤੇ ਓਅੰਕਾਰ ਤੋਂ ਨਾਨਕ ਉਸੀ ਵੀ ਸੱਚ ਤੱਕ ਮਿਲਦਾ ਹੈ, ਜਿੰਨੀਆਂ ਵੀ ਪੁਰਾਤਨ ਲਿਖਤਾਂ ਮਿਲਦੀਆਂ ਇਹਦੇ ਹਵਾਲੇ ਹੈ। ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਦੇ ਵਿੱਚ ਵੀ ਇੱਕ ਪੌੜੀ ਹੈ ਜਿਹਦੇ ਵਿੱਚ ਉਹਨਾਂ ਨੇ ਮੂਲ ਮੰਤਰ ਦੀ ਵਿਆਖਿਆ ਕੀਤੀ ਅਤੇ ਨਾਨਕ ਉਸੀ ਵੀ ਸੱਚ ਤੱਕ ਸੰਪੂਰਨ ਵਿਆਖਿਆ ਕੀਤੀ ਹੈ। ਸੋ ਇਹ ਇੱਕ ਵੱਖਰਾ ਵਿਸ਼ਾ ਹੈ, ਮੈਂ ਇਸ ਦੇ ਉੱਤੇ ਜ਼ਿਆਦਾ ਵਿਚਾਰ ਨਹੀਂ ਕਰਨਾ ਚਾਹੁੰਦਾ ਕਿਉਂਕਿ ਪੰਥਕ ਮਸਲਾ ਹੈ, ਦੁਬਧਾ ਹੈ ਇਸ ਦੇ ਵਿੱਚ। ਸੋ ਆਪਣਾ ਜਿਹੜਾ ਵਿਸ਼ਾ ਹੈ, ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕਿਹਾ ਸੀ ਮੂਲ ਮੰਤਰ ਦੁਆਲੇ ਜਿਹੜਾ ਹੈ ਪਰਿਕਰਮਾ ਕਰਾਂਗੇ। ਚਾਰ ਪਰਿਕਰਮਾ ਸਤਿਗੁਰਾਂ ਨੇ ਉਸ ਸਮੇਂ ਬੜੇ ਅਦਬ ਸਤਿਕਾਰ ਦੇ ਨਾਲ ਉਹ ਮੂਲ ਮੰਤਰ ਦਾ ਜਿਹੜਾ ਲਿਖ ਕਰਕੇ ਕਾਗਜ਼ ਦੇ ਉੱਪਰ ਅਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਚੰਦਨ ਦੀ ਚੌਕੀ ਅਤੇ ਸੁੰਦਰ ਵਸਤਰਾਂ ਦੇ ਉੱਪਰ ਜੋ ਰੱਖਣਾ ਕੀਤਾ, ਮੂਲ ਮੰਤਰ ਪੜ੍ਹਦਿਆਂ ਪੜ੍ਹਦਿਆਂ ਸਾਧ ਸੰਗਤ ਜੀ ਜਿਹੜਾ ਹੈ ਸਾਰਿਆਂ ਨੂੰ ਮੂਲ ਮੰਤਰ ਪੜ੍ਹਾਇਆ ਅਤੇ ਸਤਿਗੁਰਾਂ ਨੇ ਆਪਣਾ ਇਸ ਤਰ੍ਹਾਂ ਚਾਰ ਪਰਿਕਰਮਾ ਕਰਕੇ ਆਨੰਦ ਕਾਰਜ ਕਰਕੇ ਮਾਤਾ ਸੁਲੱਖਣੀ ਜੀ ਦੇ ਨਾਲ ਵਿਆਹ ਕਰਕੇ ਲਿਆਉਣਾ ਕੀਤਾ। ਇਸ ਤੋਂ ਬਾਅਦ ਜਿਹੜਾ ਹੈ ਕੁਝ ਸਮਾਂ ਗੁਰੂ ਕਾਲ ਸਮੇਂ ਮੂਲ ਮੰਤਰ ਦੁਆਲਾ ਪਰਿਕਰਮਾ ਹੁੰਦੀਆਂ ਰਹੀਆਂ
तीसरे पातशाह गुरु अमरदास साहब जी का जो आप इतिहास पढ़ते हैं तो तीसरे पातशाह के समय साध सिंह जी बीबी भानी जी का जो आनंद कार्ज सतगुरु गुरु रामदास साहब जी के नाल होया उदो सतगुरां ने आनंद साहब की बाणी उच्चारण की सी। आनंद साहब दियां जड़ा है पांच पौड़ियां आखिरी चालवी पौड़ी पढ़ करके इस तरीके ना पातशाह जी ने आनंद साहब की बाणी पढ़ करके आनंद कार्ज किया। उदों तो लैके हुण तक साढ़े समाज के विच एक परत पई है कि उदों रागी सिंघां ने आनंद साहब नूं गा करके पढ़ना किया सी। अज भी दीवान की समाप्ति ते साध संग जी पांच पौड़ियां ते चालवी पौड़ी पढ़ करके गा करके जड़ा है समाप्ति की जाती है दीवान की। वैसे कई बार आपां कह दिंदे भी देग दे वास्ते जड़ा है आनंद साहब देग आई है तो आनंद साहब पढ़ लो, जे नहीं आई तो फिर उदा ही अरदास कर दिंदे। पर मर्यादा नहीं, मर्यादा दे विच जड़ा कलगीधर पातशाह ने बख्शिश की है वह चार ही पौड़ियां आनंद साहब जड़ा है गुरु की हजूरी विच देग लिया करके सिख जड़ा है करना करे तो फिर अरदास करे गुरु साहब जी की बख्शिश प्राप्त होंदी है। ये भी एक वखरा विषय है, मैं इस पासे भी ज़्यादा ना जावां। सो सतगुरु गरीब नवाज सच्चे पातशाह महाराज साहब जी धन गुरु रामदास साहब जी का समा आया। अमृतसर साहब की धरती ते एक पंडित ने आ करके बेनती की थी, महाराज एक मैं गरीब पंडित हाँ, मेरी धी का विआह करना है। जिस पंडित नूं मैं विआह करन वास्ते कहा सी वो मेरे पासों 25 रुपये मंगता है। उन्हां समयां दे विच साध सिंह जी 25 रुपये गरीब नूं देने बड़े मुश्किल हुंदे सन, समा ऐसा सी। कहण लगे 25 रुपये मंगना करदा इस करके मैं वो 25 रुपये नहीं दे सकदा। ते महाराज जदों मैं उसनूं कहा मैं तैनूं 25 रुपये नहीं दे सकदा ते वो पंडित ने जिहड़ा कह दिता भी तेरी लड़की का मैं विआह भी नहीं कर सकदा, मैनू वापस कर दिता है। सतगुरु गरीब नवाज धन गुरु रामदास साहब जी जिन्हों का हिरदा सदा ही विरागी रहिंदा है, जिहड़े किसी के दुख नूं साध सिंह जी वेख करके कदे भी जरना नहीं करते, उहदी सहायता करना करते है। धन गरीब नवाज सच्चे पातशाह महाराज साहब जी की संगत सभा जिवें आप जी बैठे उवें बैठी हुई है। संगत विच आ करके गरीब पंडित ने बेनती की सी, सतगुरां ने कहा पंडित जी तुसी गुरु घर आए हो तो गुरु घर जड़ा है जड़ा भी गुरु की शरण विच आ जाना करता है उहदी सहायता करना करता है। गुरु ये गुरु घर का निजम है, असी तुहाडी बेटी का जड़ा है विआह करांगे इत्थे गुरु मर्यादा अनुसार। पंडित जड़ा है पैसे मंगता है, उसनू तुसी पैसे ना दिओ। तो सतगुरु गरीब नवास जी पातशाह कहिंदे तुसी अपनी बेटी नू और अपनी जड़ा है सारी जो बेटी की बरात आउणी उह लै करके सारिआं नू इत्थे गुरु घर विच पहुँचो। उस वेले साध सिंह जी वो गरीब पंडित अपनी जड़ा है बेटी की बरात के समेत सारे रिश्तेदारां संबंधियां के समेत जदों पहुँचिआ तो सतगुरु गरीब नवास सच्चे पातशाह महाराज साहब जी ने सिखां नू एक हदायत करना कीती। गरीब नवाज सच्चे पातशाह कहिंदे सिखो ये जिहड़ा आनंद कार्ज का कार्ज है ये सब तो वड्डा संसार दे विच पुन मनना कीता है, सब तो वड्डा दान मनना कीता है, इहदों उपर कोई होर दान नहीं। जदों आपां इतिहास पढ़ते पढ़ते दसवें पातशाह जी दे तक पहुँच जाने तो दसवें पातशाह जी दे रहतनामे जदों आपां पढ़ते हैं उहदे विच भी गुरु पातशाह महाराज साहब जी ने एक धी का आनंद कार्ज करना विआह करना उन्हू बहुत वड्डा दान मनना कीता है। महाराज कहिंदे कन्या देवै सिख को लेवै ना किश धाम, सोई मेरा सिख है पहुँचे मेरे धाम। महाराज कहिंदे उह सिद्धा ही सचखंड विच पहुँचेगा सिख जिहड़ा सिख अपनी कन्या का दान सिख नूं देना करेगा, ये गुरु साहब ने हुक्म कीता है। इत्थे मैं एक होर जरूरी बेनती कर देवां, अज दे समाज दे हालत जो विगड़ चुके है, जो असी सिख होंदे हुए
कई चीज़ां नूं अज समझना नहीं करते। आपां अपने गुरु साहब की मर्यादा तो अपने गुरु के साध संगत जी हुक्मां तो बहुत दूर जा रहे हैं। धन गुरु गोबिंद सिंह महाराज साहब जी के अज रहतनामे आपां नूं उन्हां नूं पढ़दे ते सुणदे ते विचारदे नहीं। गरीब नवाज सच्चे पातशाह जी ने रहतनामे विच एक बचन कहा है। गरीब नवाज सच्चे पातशाह जी कहिंदे भाई सिख सिख को सुता दई अमी अमी मिल जाए। सिख अपनी पुत्री का रिश्ता सिख दे नाल नाता करे ते अमृत दे विच अमृत मिल गया ऐं जानना करो। कहिंदे दई सुता भादनी को अहमुख अमी चुआए। कहिंदे जे किते भादनी भादनी हुंदा साध सिंह जी अपना दाड़ा केस कट देण वाला। गुरमत विच भादनी जिहड़ा है किते रहतनामे पढ़ो ना उहदे तो सानू गुरु ने बड़ा दूर रहण की प्रेरणा दित्ती है। पर बड़े दुख की गल है, ये नहीं मैं किसी के नाल कोई साध सिंह जी ईरखाबाजी करके जा मैं किसी के नाल कोई वधाई वध चढ़ करके कोई गल बोलनी है। मैं एक गल दसदा आप जी नू बचन करदा है कि गुरु गरीब नवाज सच्चे पातशाह महाराज साहब जी के बचना तो अज साडी कौम बहुत दूर जा चुकी है। जे किते गुरु साहब के बचना की कोई गल करना करदा असी कहने भी ये तो गल नहीं करनी चाहिए सी जी, ये तो बेइज्जती कर रहे हैं। बेइज्जती नहीं गुरमुखो, गुरु के जेडे बचन है ना वो अटल सच्चाई है ते सच्चाई हमेशा कौड़ी होंदी है। कदे वेख लो छोटा जिहा बच्चा बीमार पै गया ते छोटे जे बच्चे नूं माता कहिंदी भी दवाई खा लैणा कर तेरा जिहड़ा है ताप दूर हो जाएगा। उन्हें वैद दे कोलों डॉक्टर दे कोलों दवाई लैके आई, बड़ी मेहनत दे नाल पैसे खर्चे पर बच्चे नूं दवाई पिलाउंदी बच्चा पींदा नहीं खांदा नहीं। उन्हें घोल करके दवाई जिहड़ा है बच्चे नूं जिद करदा ते उहनूं फड़ करके उहदे मूँह च पाउणा कीती ते बच्चा बाहर नूं कढ़णा करदा है। कौड़ी है मैं नहीं खाणी। हुण माता नूं इस गल का पता भी दवाई जिहड़ी है ना ये भावें कौड़ी है पर जे मेरा बच्चा दवाई खा गया तो बच्चे का जिहड़ा है रोग दूर हो जाणा है। ते साध सिंह जी मैं आप जी नूं एक निम्रता सहित बेनती करदा हां, साढ़े सिख धर्म के बे जड़े सिख कौम के नाल दर्द रखण वाले प्रचारक है ना उन्हां नूं इस गल का चंगी तरह पता है भी जो गुरु ग्रंथ साहब के बचन जां रहतनाम्या के बचन सच असलीयत है सच है। जे कदे असी अपने नौजवानों नूं बच्चियां नूं बच्चियां नूं सिखा देना कीते सुना दते जे इन्हां ने सुन लैणा कीते सुनने तो बहुत कठिन है सुने नहीं जाणगे पर जे सुन लए तो इन्हां दे अंदर जिहड़ा रोग है ना वह सारा दूर हो जाणा है। रोग की है साढ़े अंदर, असी क्यों गुरु तो दूर होंने हैं? साढ़े अंदर क्रोध भरिया है, काम भरिया है, लोभ भरिया, हंकार है, मोह है, हौमे है, इसने साढ़े मन नूं रोगी किया होया है। इस करके साढ़े मन रोगी है तो रोगी जिहड़ा है वह कदे भी दवाई लै करके राजी नहीं। हुण छोटा जिहा बच्चा रोगी है, माँ दवाई दिंदी है पर बच्चा लै करके राजी नहीं। गुरु भी वैद है, गुरु असलीयत बचन सानू सुनाउणा करदा है, असी गुरु दे बचन सुन लई तैयार नहीं। पर गुरबाणी विच इक बचन आउंदा है गरीब नवाज सच्चे पातशाह महाराज साहब जी कहिंदे जे गुर झिड़के तां मीठा लागै जे बख्शे तां गुर वडियाई। जिहड़ा सिख है वह ये जानना करता है भी जे गुरु झिड़कदा भी है ना तो भी चंगी गल है, मेरा भला करता है। जे झिड़क भी पाउंदा है, जे गुरु सख्त बचन भी कहना करता है तो वह भी जिहड़ा है मेरे भले वास्ते है। सो रहो विचार। सतगुरु गरीब नवाज सच्चे पातशाह महाराज साहब जी कहिंदे भादनी जिहड़ा है उसनू लड़की देनी वो इस तरीके दे नाल है अह मुख अमी चुआए। अह नाम है सप का, कहिंदे सप दे मूँह दे विच कोई अमृत चोना करे कहे भी हुण जिहड़ा सप है उहदे मूँह विच अमृत चो दिता ते इह डंग मारेगा ते जहर नहीं चढ़ेगी, ये कदे नहीं हो सकता। सप नूं भावें जिहड़ा है दुध पिया लो अमृत वर्गा पर सप जिहड़ा है वह मुख तो जहर ही कढ़ेगा। भाई गुरदास साहब जी ने बचन लिखना कीते है। भाई गुरदास साहब जी कहिंदे कि सप्पै दुध पिया लिया मोह
ਵੇਖੋ ਛੱਟ ਹੈ। ਕਹਿੰਦੇ ਜਿਹੜਾ ਸੱਪ ਨੂੰ ਦੁੱਧ ਵੀ ਪਿਆਉਣਾ ਕਰੀਏ ਤਾਂ ਮੂੰਹ ਦੇ ਵਿੱਚੋਂ ਵੇਖ ਜ਼ਹਿਰ ਹੀ ਜਿਹੜਾ ਹੈ ਕੱਢਣਾ ਕਰਦਾ ਹੈ। ਵਿਉਹ ਮੁੱਖੋ ਸੱਟ ਹੈ, ਕਹਿੰਦੇ ਉਹ ਵਿਉਹ ਜਿਹੜਾ ਹੈ ਜ਼ਹਿਰ ਕੱਢਣਾ ਕਰਦਾ ਆਪਣੇ ਮੁੱਖ ਦੇ ਵਿੱਚੋਂ। ਉਹ ਡੰਗ ਹੀ ਮਾਰਨਾ ਕਰਦਾ, ਕਦੇ ਡੰਗ ਮਾਰਨਾ ਨਹੀਂ ਛੱਡਦਾ ਵੀ ਇਹ ਮੈਨੂੰ ਦੁੱਧ ਪਿਆਉਂਦਾ ਅਤੇ ਮੈਂ ਡੰਗ ਨਾ ਮਾਰਾਂ। ਉਹ ਕਹਿੰਦੇ ਇਹੀ ਕੰਮ ਕਰਦਾ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਸਾਧ ਸਿੰਘ ਜੀ ਉਹਦੀ ਤੁਲਨਾ ਭਾਦਨੀ ਦੇ ਨਾਲ ਕਰਨਾ ਕੀਤੀ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਸਿੱਖ ਨੇ ਆਪਣੀ ਪੁੱਤਰੀ ਦਾ ਨਾਤਾ ਸਿੱਖ ਨਾਲ ਕਰਨਾ, ਇਹ ਸਭ ਤੋਂ ਵੱਡਾ ਦਾਨ ਹੈ, ਪਰ ਭਾਦਰੀ ਦੇ ਨਾਲ ਨਹੀਂ ਕਰਨਾ। ਇਹ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਬਚਨ ਕਹਿਣਾ ਕੀਤੇ। ਸੁਰਹੋ ਵਿਚਾਰ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਕਹਿਣ ਲੱਗੇ, ਪੰਡਿਤ ਜੀ ਤੁਸੀਂ ਆਪਣੀ ਜਿਹੜਾ ਹੈ ਲੜਕੀ ਦਾ ਰਿਸ਼ਤਾ ਕਰਨਾ ਹੈ, ਵਿਆਹ ਕਰਨ ਲੱਗੇ ਹੋ, ਔਰ ਮੈਂ ਤੁਹਾਨੂੰ ਇੱਕ ਜਿਹੜਾ ਹੈ ਪਾਤਸ਼ਾਹ ਕਹਿੰਦੇ ਬਚਨ ਦੱਸਣਾ ਕਰਦਾ। ਆਉਣ ਵਾਲੇ ਸਮਾਜ ਨੂੰ ਅਤੇ ਸਾਰੇ ਪੰਡਿਤਾਂ ਨੂੰ ਉਹ ਬਚਨ ਪਾਤਸ਼ਾਹ ਕਹਿੰਦੇ ਸੇਧ ਦੇਣਾ ਕਰੇਗਾ। ਉਹ ਵੀ ਪੰਡਿਤ ਸਾਧ ਸਿੰਘ ਜੀ ਆ ਕਰਕੇ ਵਿੱਚ ਬੈਠੇ ਸਨ, ਜਿਹੜੇ ਕਿ ਕਈਆਂ ਲੜਕੀਆਂ ਦੇ ਵਿਆਹ ਕਰਾਉਣਾ ਕਰਦੇ ਸੀ। ਉਹਨਾਂ ਸਮਿਆਂ ਦੇ ਵਿੱਚ ਸਭਾ ਦੇ ਵਿੱਚ ਸੰਗਤ ਵਿੱਚ ਬੈਠੇ ਸਨ। ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਉਸ ਵੇਲੇ ਇਹ ਬਚਨ ਕਹਿਣਾ ਕੀਤਾ, ਪਰ ਕਹਿੰਦੇ ਸਾਈ ਪੁੱਤਰੀ ਜਜਮਾਨ ਕੀ ਸਾਹ ਤੇਰੀ ਟੇਕ, ਇਹ ਧਨ ਖਾਧੇ ਤੇਰਾ ਜਨਮ ਗਿਆ। ਕਹਿੰਦੇ ਜਿਹੋ ਜੀ ਤੇਰੀ ਪੁੱਤਰੀ ਹੈ ਨਾ, ਉਹੋ ਜੀ ਤੇਰੇ ਜਜਮਾਨ ਦੀ ਹੈ। ਜਿਹੋ ਜੀ ਤੇਰੇ ਘਰ ਬੇਟੀ ਹੈ, ਉਹੋ ਜੀ ਤੇਰੇ ਜਜਮਾਨ ਦੀ ਹੈ। ਜਿਹੜਾ ਤੇਰੇ ਕੋਲ ਅੱਜ ਵਿਆਹ ਕਰਵਾਉਣ ਵਾਸਤੇ ਤਰਲੇ ਕੱਢਦਾ ਕਿ ਮੈਂ ਗਰੀਬ ਹੈ, ਕਹਿੰਦੇ ਉਹੋ ਜੀ ਤੇਰੀ ਹੈ ਅਤੇ ਉਹੋ ਜੀ ਉਹਦੀ ਹੈ। ਜੇ ਬੇਟੀ ਦੇ ਜਿਹੜਾ ਹੈ ਆਨੰਦ ਕਾਰਜ ਦੇ ਤੂੰ ਜਿਹੜਾ ਹੈ ਵਿਆਹ ਦੇ ਪੈਸੇ ਲੈ ਕਰਕੇ ਖਾਣਾ ਕਰੇ, ਤੇਰਾ ਧਰਮ ਭ੍ਰਿਸ਼ਟ ਹੋ ਗਿਆ। ਸੋ ਸਾਧ ਸਿੰਘ ਜੀ, ਅੱਜ ਵੀ ਸਾਨੂੰ ਇਹ ਸਿੱਖਿਆ ਗੁਰੂ ਰਾਮਦਾਸ ਸਾਹਿਬ ਜੀ ਦੀ ਧਾਰਨੀ ਕਰਨੀ ਚਾਹੀਦੀ ਹੈ। ਬੇਟੀਆਂ ਦੇ ਵਿਆਹ ਦੇ ਉੱਤੇ ਕੋਈ ਗਰੀਬ ਜਿਹੜਾ ਕਹਿਣਾ ਕਰੇ ਵੀ ਮੇਰੀ ਬੇਟੀ ਦਾ ਵਿਆਹ ਕਰਨਾ ਅਤੇ ਮੇਰੇ ਕੋਲ ਜਿਹੜਾ ਹੈ ਖਰਚਾ ਨਹੀਂ, ਅਤੇ ਉੱਥੇ ਕਦੇ ਆਪਾਂ ਨੂੰ ਲਾਲਚ ਨਹੀਂ ਕਰਨਾ ਚਾਹੀਦਾ, ਇਹ ਲਾਲਚ ਦਾ ਤਿਆਗ ਕਰਨਾ ਚਾਹੀਦਾ। ਪਰ ਅੱਜ ਮੈਂ ਵੇਖਿਆ ਇੱਥੇ ਗੁਰੂ ਘਰ ਦੇ ਵਿੱਚ ਬਹੁਤ ਵਧੀਆ ਨਿਯਮ ਚੱਲਦੇ ਪਏ ਹੈ। ਦਾਸ ਨੇ ਪੰਜਾਬ ਵਿੱਚ ਕਈਆਂ ਪਿੰਡਾਂ ਦੇ ਵਿੱਚ ਫਿਰ ਕਰਕੇ ਪ੍ਰਚਾਰ ਕਰਕੇ ਸ਼ਹਿਰਾਂ ਵਿੱਚ ਵੇਖਿਆ ਵੀ ਕਈਆਂ ਸ਼ਹਿਰਾਂ ਅਤੇ ਪਿੰਡਾਂ ਦੀ ਹਾਲਤ ਬਹੁਤ ਮਾੜੀ ਹੈ। ਮੈਂ ਕਿਸੇ ਸ਼ਹਿਰ ਦਾ ਜਾਂ ਪਿੰਡ ਦਾ ਨਾਮ ਨਹੀਂ ਲੈਣਾ ਚਾਹੀਦਾ, ਨਾ ਕਿਸੇ ਦਾ ਪ੍ਰਬੰਧਕ ਦਾ ਜਾਂ ਕਿਸੇ ਦਾ ਨਹੀਂ ਨਾਂ ਲੈਂਦਾ, ਪਰ ਮੈਂ ਇੱਕ ਬੇਨਤੀ ਕਰਦਾ ਵੀ ਇਹੋ ਜਿਹੇ ਮੈਂ ਪ੍ਰਬੰਧਕ ਗਈਆਂ ਥਾਵਾਂ 'ਤੇ ਵੇਖੇ, ਉਹਨਾਂ ਨੇ ਕਹਿ ਦਿੱਤਾ ਵੀ ਜੇ ਉਹ ਇੰਨੇ ਪੈਸੇ ਨਹੀਂ ਨਾ ਜਮ੍ਹਾਂ ਕਰਾਉਣਾ ਕਰਦੇ ਅਤੇ ਤੁਸੀਂ ਉਸ ਨੂੰ ਕਹੋ ਵੀ ਇੱਥੇ ਤੁਹਾਡਾ ਵਿਆਹ ਨਹੀਂ ਹੋ ਸਕਦਾ, ਇਸ ਗੁਰਦੁਆਰੇ ਹੋਰ ਕਿਸੇ ਗੁਰਦੁਆਰੇ ਚਲੇ ਜਾਓ। ਬੜਾ ਦੁੱਖ ਹੋਇਆ ਇਸ ਗੱਲ ਨੂੰ ਸੁਣ ਕਰਕੇ, ਕਈਆਂ ਥਾਵਾਂ ਤੋਂ ਇਹ ਗੱਲ ਸੁਣਨ ਵਾਸਤੇ ਮਿਲੀ ਅਤੇ ਮੇਰੇ ਮਨ ਨੂੰ ਬੜਾ ਦੁੱਖ ਲੱਗਿਆ ਵੀ ਧੰਨ ਗੁਰੂ ਰਾਮਦਾਸ ਸਾਹਿਬ ਜੀ, ਤੂੰ ਆਪਣੀ ਸੰਗਤ ਦੇ ਵਿੱਚ ਇੱਕ ਗਰੀਬ ਆਇਆ ਅਤੇ ਉਹਨੂੰ ਕਹਿੰਦੇ ਹਾਂ ਤੁਸੀਂ ਵੀ ਤੇਰਾ ਵਿਆਹ ਅਸੀਂ ਤੇਰੀ ਧੀ ਦਾ ਕਰਾਂਗੇ, ਅਤੇ ਅੱਗੋਂ ਤੋਂ ਤੁਸੀਂ ਸੰਗਤਾਂ ਨੂੰ ਸਿੱਖਾਂ ਨੂੰ ਸੁਚੇਤ ਕਰਨਾ ਕਰਦੇ ਵੀ ਦੀ ਆਹ ਗਲਤੀ ਤੁਸੀਂ ਨਹੀਂ ਕਰਨੀ, ਪਰ ਇਹ ਫਿਰ ਇਹੀ ਗਲਤੀ ਕਰਦੇ ਪਏ ਹੈ, ਤਾਂ ਤੁਹਾਡੇ ਹੀ ਸਿੱਖ ਕਰਦੇ ਪਏ ਹੈ। ਜਿਨ੍ਹਾਂ ਗੁਰੂ ਘਰਾਂ ਦੇ ਵਿੱਚੋਂ ਤੁਹਾਡੀ ਸਿੱਖਿਆ ਜਿਹੜਾ ਹੈ ਉਹ ਹੋਰਨਾਂ ਸਮਾਜ ਨੂੰ ਸੇਧ ਦੇਣ ਵਾਸਤੇ ਪ੍ਰਦਾਨ ਹੋਣੀ ਚਾਹੀਦੀ ਸੀ, ਉੱਥੇ ਇਹ ਗੱਲਾਂ ਹੋ ਰਹੀਆਂ। ਸੋ ਸਾਧ ਸਿੰਘ ਜੀ, ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਚਾਰ ਲਾਵਾਂ ਦਾ ਪਾਠ ਜਿਹੜਾ ਅੱਜ ਆਪਾਂ ਕਰਕੇ ਆਨੰਦ ਕਾਰਜ ਕਰਦੇ ਨਾ, ਇਹ ਚਾਰ ਲਾਵਾਂ ਦਾ ਪਾਠ ਸਤਿਗੁਰਾਂ ਨੇ ਉਚਾਰਨ ਕਰਕੇ ਅਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਇਹਨਾਂ ਚਾਰ ਲਾਵਾਂ ਦੇ ਵਿੱਚ ਬ੍ਰਹਮ ਗਿਆਨ ਦੀਆਂ ਚਾਰ ਅਵਸਥਾ ਦੱਸਣਾ ਕੀਤੀਆਂ ਕਿ ਜੇ ਕਿਸੇ ਨੇ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਨੀ ਹੈ ਤਾਂ ਉਹਨੂੰ ਪਹਿਲੀ ਅਵਸਥਾ ਕਿਹੜੀ ਧਾਰਨ ਕਰਨੀ ਪਵੇਗੀ, ਅਤੇ ਨਾਲ ਨਾਲ ਉਸ ਸਤਿਗੁਰੂ ਪਾਤਸ਼ਾਹ ਜੀ ਨੇ ਸਾਡੇ 'ਤੇ ਵੇਖੋ ਕਿੱਡੀ ਰਹਿਮਤ ਕੀਤੀ। ਅੱਜ ਜਿਹੜਾ ਬੰਦੇ ਦਾ ਆਨੰਦ ਕਾਰਜ ਗੁਰੂ ਦੀ ਹਜ਼ੂਰੀ ਵਿੱਚ ਜਿਸ ਬੀਬੀ ਦਾ ਆਨੰਦ ਕਾਰਜ ਹੋ ਗਿਆ, ਉਹਨਾਂ ਨੂੰ ਜਿਹੜਾ ਹੈ ਜੀਵਨ ਕਾਲ ਦੇ ਵਿੱਚ ਉਹਨਾਂ ਦੀਆਂ ਚਾਰ ਸਟੇਜਾਂ ਆਉਣਾ ਕਰਦੀਆਂ, ਅਤੇ ਉਹ ਜਿਹੜਾ ਸਾਧ ਸਿੰਘ ਜੀ ਜੀਵਨ ਦੀਆਂ ਚਾਰ ਸਟੇਜਾਂ ਹਨ, ਉਹਨਾਂ ਦੇ ਵਿੱਚ ਸੰਸਾਰ ਦੇ ਵਿੱਚ ਰਹਿ ਕਰਕੇ ਉਹਨਾਂ ਨੇ ਉਹਦੇ ਵਿੱਚ ਪ੍ਰਵਿਰਤ ਹੋ ਕਰਕੇ ਸਮਾਜ ਦੇ ਵਿੱਚ ਕਿਵੇਂ ਜਿਹੜਾ ਹੈ ਜੀਵਨ ਬਤੀਤ ਕਰਨਾ ਹੈ, ਉਹਨਾਂ ਨੂੰ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਬਹੁਤ ਭਾਰੀ ਸਿੱਖਿਆ ਵੀ ਦੇਣਾ ਕੀਤੀ। ਇੱਥੇ ਮੈਂ ਇੱਕ ਬੇਨਤੀ ਕਰਾਂ, ਕਈ ਵਾਰ ਆਪਾਂ ਇਹ ਗੱਲ ਕਹਿ ਦੇਣਾ ਕਰਦੇ ਹਾਂ ਕਿ ਫਲਾਨੀ ਬਾਣੀ ਜਿਹੜੀ ਉਹ ਤਾਂ ਕੇਵਲ ਨਿਰੰਕਾਰ ਦੀ ਗੱਲ ਵਾਸਤੇ ਹੈ,
परमात्मा की गल करती पई है। उदाहरण के तौर पर कई गुरमुख प्यारे ये गल साध संघ जी कह देना करते हैं कि सतगुरु गरीब नवाज सच्चे पातशाह महाराज साहब जी की बाणी ये रूहानीयत दे मार्ग नूं दसाउण वास्ते है, ये संसार दे कारजां वास्ते नहीं। तो जिहड़ा बंदा गुरु घर दे विच केवल संसारी कारजां वास्ते अरदास बेनती कराउण आउणा करदा है, वह सोचता कि जे मैं ये बाणी पढ़ ली तो मेरा इस बाणी पढ़न दा तां फिर कोई फायदा नहीं होना, क्योंकि ये तो ये गल दस रहे हैं। असलियत यह है कि गुरबाणी भावें रूहानीयत का ज्ञान देन वास्ते परमार्थ का रस्ता दर्शाउण वास्ते सतगुरां ने उच्चारण की है, पर साध संग जी गुरबाणी जो है ये संसार दे विच साडा भला भी करती है, ये इस लोक विच भी भला करती है तो परलोक विच भी भला करती है। ये सानू शरीर करके असी केवल जिहड़ा है शरीर करके जूना है जीवन जाच दसदी है, तो उत्थे सानू रूहानीयत दे मार्ग दे उत्ते सुरत करके केवें जिहड़ा है चलना है, क्योंकि उधरले पासे सुरत ने चलना शरीर ने नहीं चलना, शरीर ने केवल समाज दे विच चलना है, समाज दे कारोबारां विच चलना है। पर हुण जिहड़े समाज दे कारोबार आपां करने हैं गुरबाणी सानू यह भी सिक्ख्या देना करदी भी किस तरीके दे नाल समाज दे कारोबार करने। जे हुण आपां इह गल कह देना करिए भी लावां दा पाठ तां केवल ब्रह्म ज्ञान दी अवस्था दे वास्ते ही है, तो फिर साढ़े साध संघ जी किन्ने लोग है जिहड़े लावां दा पाठ करके अपने आनंद कारज गुरु की हजूरी विच करदे है। असलियत यह है कि जो उदों गांह की गल असां समझाउणी सी ना वो नहीं समझाउणा कीती भी आनंद कारज तो बाद जो गुरु गरीब नवाज सच्चे पातशाह जी ने सानू सिक्ख्या दित्ती है समाज दे विच जीउण दी, उह किस तरीके नाल जीउणी है। जिमें गुरबाणी विच इह वचन आउणा करदे है किसी समाज दे विच किसी भी घर दे विच दो जीआं दा आपस विच साध संघ जी कोई जिहड़ा झगड़ा हो जाणा करदा है, वह आपस विच जिहड़ा है झगड़दे आ उहनां दा कारण इही कि उहनां ने गुरु की हजूरी विच आनंद कारज तां करवाया पर आनंद कारज की जिहड़ी मर्यादा सी जो उस दे विच सिक्ख्या मिलनी सी उस सिक्ख्या नूं सुणिया नहीं ते ग्रहण नहीं करना कीता, जिस करके ये हालत इथों तक पहुँचे। सतगुरु गरीब नवाज सच्चे पातशाह जी ने बहुत सारे ऐसे बचन उच्चारण किए। बाबा फरीद साहब जी का जीवन पढ़िए, उन्होंने पास एक बीबी आई, जिमें आम बीबिया का सुभाव होंदा कोई बाबा मिल गया उन्होंने जा करके कहना भी बाबा जी साढ़े घर में लड़ाई बड़ी रही है तो कोई जड़ा है लड़ाई का उपा दसना करो, तो फिर बाबे जड़े उपा भी दसना शुरू कर देंगे, उपा दस देंगे ऐ उपा करना करो, तो फिर उन्होंने दसे हुए उपा करने उन्होंने सतगुरां ने गुरमत विच रोकना किया सानू भी ये नहीं करने। हुण बाबा फरीद साहब नूं भी इहो समझ करके बाबा फरीद जी दे कोल चले गई बीबी, तो जा करके कहिंदी बाबा जी मैनू कोई मंत्र दिओ। साध संग जी तीन तरह के मंत्र होना करते, एक मंत्र जंत्र ते तंत्र, ये तीन चीज़ा होंदिया तो सियाने जड़े आ ये तीन चीज़ा देना करते हैं। तंत्र होंदा धागा बन देना करते हैं, तो मंत्र होंदा कोई शब्द दे देंदे भी आ पढ़ी जा, तो जंत्र होंदा कोई जल दे विच कोई इहो जी चीज़ घोल करके किसी नूं दे देने भी आ घोल करके पिया देवी, ये चीज़ा करते। उन्हें सोचा फरीद जी भी इदा दे भी इहो जी कोई चीज़ दे देणगे मैनू। हुण फरीद साहब जी रब दे नाल मिले है परमात्मा दे नाल, उन्होंने रब्बी बाणी उच्चारण करके उस बीबी नूं जिहड़ा है उन्होंने सिक्ख्या देना कीती। पहला तो गुरु साहब ने वह भी शब्द लिखना किया जो बीबी ने पुछना किया, वह कहिंदी कमण सो अखर कमण गुण कमण सो मणिया मंत कमण सो वेसी हौ कर करीम जिस वस आवी कंत। वह कहन लगी बीबी कि बाबा फरीद जी मैनू ये दसो भी मैं किहड़ा जिहड़ा है अखर पढ़ना करा, किहड़ा जंतर जल घोल के अपने पति नूं पलावां, किहड़ा उहनूं धागा बनना करा जिस करके मेरा पति जिहड़ा है मेरे वस विच हो के मेरी गल मनना करे मेरे अनुसार चलना करे। तुसीं कदे वेख लो जदों भी किसी बीबी का विआह हुंदा सब तो पहलां उहनूं भाजड़े ही पैंदी है भी मेरा पति मेरी वस चलना करे मेरे अनुसार हो के चलना करे। तो उहने भी इहो पुछ लिया बीबी ने बाबा फरीद साहब जी के पासों, तो हुण बाबा फरीद साहब जी ने जिहड़ा उत्तर दिता ना वो कमाल की गल है।
जे कदे आपां अपने बच्चे बच्चियां नूं ओह जिहड़ा उत्तर है दृढ़ करा देना करिए, जिथों तक मेरा विश्वास है गुरु ग्रंथ साहिब जी दे उत्ते अपना अनुभव है ते विश्वास है, मैनूं लगदा भी कोई बीबी जिहड़ी है वह अपने पति नाल नहीं लड़ेगी, भावें कि पति किन्ना भी गर्म होवे ते किन्ना भी क्रोधी होवे वह नहीं लड़ेगी, जे कदे वह मंत्र जिहड़ा है आपां अपनियां बच्चियां नूं दृढ़ करा दिता। सो बाबा फरीद साहब जी कहन लगे, बीबी तैनूं मैं एक मंत्र दसदा, निमण सो अखर, निमण तो भाव है निम्रता, कहिंदे पति किन्ना भी कौड़ा बोलना करे तू निम्रता रखनी, तू बोलना नहीं अगे, क्योंकि तेरा पति है, पति परमेश्वर रूप हुंदा है, ते पति दा सत्कार रखना सब तो वड्डा सत्कार यही है भी तू बोलना नहीं, ते जे तू बराबर बोली जानी ते फिर तू अपने पति दा सत्कार नहीं करदी, तेरा सास जां सहुरा कोई बोलदा घर दे विच ओह तैनूं क्रोध दे नाल बोलदे आ, गुस्से नाल बोलदे आ, ते जिन्ने गुस्से च उन्हां ने बोलिया उन्ने गुस्से च तूं बोली गई, कहिंदे फिर तां बराबर दी लड़ाई होनी है, पर कहिंदे तूं की करना भी तूं निमण निम्रता रखनी है, न्यों जाना है। निम्रतावान की करदा, जे साध संग जी गलती अगले दी होवे ओह तां वी उस नूं कुछ नहीं कहना करदा, गलती भी अगले दी होवे, क्रोधवान भी अगला हुंदा होवे ਉਹ ਤਾਂ ਵੀ ਉਸ ਨੂੰ ਕੋਈ ਕਹਿਣਾ ਨਹੀਂ ਕਰਦਾ, ਕਹਿੰਦੇ ਤੂੰ ਨਿਮਰਤਾ ਰੱਖਣੀ। ਨਿਮਣ ਸੋ ਅੱਖਰ ਖਵਣ ਗੋੜਾ, ਖਵਣ ਨਾਮ ਸਹਾਰਨਾ, ਕਹਿੰਦੇ ਫਿਰ ਕੋਈ ਕੌੜੇ ਬੋਲ ਕਹਿ ਦੇਣਾ ਕਰੇ ਤੈਨੂੰ, ਖਾਣ ਵਾਲਾ ਹੁੰਦਾ ਨਾ ਕੋਈ ਵੀ ਕੋਈ ਚੀਜ਼ ਖਾਣ ਵਾਲੀ ਜਿਹਦੇ 'ਚ ਘੋਲ ਕੇ ਦੇ ਦਿੰਦੇ ਹੈ, ਮਹਾਰਾਜ ਨੇ ਇਹ ਇੱਕ ਮੰਤਰ ਜਿਹੜਾ ਯੰਤਰ ਦਿੱਤਾ, ਮਹਾਰਾਜ ਕਹਿੰਦੇ ਇਹੋ ਜਿਹਾ ਹੈ ਵੀ ਖਵਣ ਤੋਂ ਭਾਵ ਹੈ ਕਿਸੇ ਦੀ ਕਹੀ ਹੋਈ ਗੱਲ ਨੂੰ ਸਹਾਰ ਲੈਣਾ, ਕਹਿੰਦੇ ਬਹੁਤ ਇਹੋ ਜਿਹੀ ਗੱਲ ਹੋਵੇ ਜਿਹੜੀ ਨਾ ਵੀ ਸਹਾਰੀ ਜਾ ਸਕਣ ਵਾਲੀ ਹੋਵੇ, ਪਹਿਲੀ ਗੱਲ ਤਾਂ ਤੇ ਬੋਲਣਾ ਹੀ ਨਹੀਂ, ਜੇ ਕੋਈ ਕੌੜਾ ਬੋਲੀ ਜਾਂਦਾ ਬੋਲਣਾ ਹੀ ਨਹੀਂ, ਫਿਰ ਉਹਦੇ ਕੋਲ ਬੋਲਦਿਆਂ ਬੋਲਦਿਆਂ ਇਹੋ ਜਿਹੀ ਗੱਲ ਨਿਕਲ ਗਈ ਜਿਹੜੀ ਗੱਲ ਸਹਾਰੀ ਨਹੀਂ ਜਾ ਸਕਦੀ। ਤੁਸੀਂ ਕਦੇ ਵੇਖ ਲਓ ਵੀ ਜੇ ਕਿਤੇ ਪਤੀ ਨੇ ਆਪਣੀ ਪਤਨੀ ਨੂੰ ਉਹਦੇ ਪੇਕਿਆਂ ਦੇ ਬਾਰੇ ਕੋਈ ਗੱਲ ਕਹਿ ਦੇਣਾ ਕੀਤੀ ਨਾ ਮਾੜੀ ਚੰਗੀ, ਉਹ ਕਹਿੰਦੀ ਬਾਕੀ ਤਾਂ ਸਾਰੀਆਂ ਮੈਂ ਜਰ ਲੈਂਦੀ ਹਾਂ, ਪਰ ਜਿਹੜੀ ਪੇਕਿਆਂ ਦੇ ਬਾਰੇ ਮੇਰੇ ਭਰਾਵਾਂ ਬਾਰੇ ਬੋਲੀ ਨਾ, ਇਹ ਨਹੀਂ ਮੇਰੇ ਕੋਲ ਜਰੀ ਜਾ ਸਕਦੀ, ਇਹ ਨਹੀਂ ਮੈਂ ਜਰ ਸਕਦੀ, ਵੀ ਇਹਦੇ ਵਾਸਤੇ ਤਾਂ ਮੈਂ ਮਰਨ ਨੂੰ ਤਿਆਰ ਹੈ। ਉਹ ਕਹਿੰਦੀ ਬਾਕੀ ਜਰ ਲੈਣੀ, ਇਹ ਨਹੀਂ ਜਰਨੀ। ਅਤੇ ਹੁਣ ਫਰੀਦ ਸਾਹਿਬ ਨੇ ਵੇਖੋ ਕਿੱਡਾ ਵਧੀਆ ਜਿਹੜਾ ਹੈ ਬਖਸ਼ਿਸ਼ ਕੀਤੀ, ਕਿੱਡਾ ਵਧੀਆ ਉਪਦੇਸ਼ ਦਿੱਤਾ। ਕਹਿਣ ਲੱਗੇ ਖਵਣ ਗੁਣ, ਨਿਮਣ ਸੋ ਅੱਖਰ ਖਵਣ ਗੁਣ, ਕਹਿੰਦੇ ਸਹਾਰਨਾ ਹੈ ਕੌੜਾ ਬਚਨ ਕਿੰਨਾ ਵੀ ਸਖਤ ਹੋਵੇ, ਕਹਿ ਦਿੱਤਾ ਠੀਕ ਹੈ, ਗੁੱਸੇ ਵਿੱਚ ਕੋਈ ਵੀ ਕਹਿ ਸਕਦਾ, ਕਦੇ ਪਤਨੀ ਇਹ ਸੋਚ ਲਏ ਵੀ ਕਦੇ ਗੁੱਸੇ ਵਿੱਚ ਮੈਂ ਵੀ ਕਹਿ ਸਕਦੀ ਹਾਂ ਆਪਣੇ ਪਤੀ ਨੂੰ ਜਾਂ ਹੋਰ ਕਿਸੇ ਨੂੰ ਕਹਿ ਸਕਦੀ ਹਾਂ, ਇਹ ਕੋਈ ਵੱਡੀ ਗੱਲ ਨਹੀਂ। ਸੋ ਸਾਧ ਸੰਗਤ ਜੀ, ਜਿੰਨੀਆਂ ਵੀ ਲੜਾਈਆਂ ਪੜ੍ਹਾਈਆਂ ਹੁੰਦੀਆਂ ਸਾਰੀਆਂ ਬਸ ਆਹ ਦੋ ਗੱਲਾਂ 'ਤੇ ਪਹਿਲੀਆਂ ਜਿਹੜੀਆਂ ਨਾ ਇਹਨਾਂ ਕਰਕੇ ਹੀ ਹੁੰਦੀਆਂ, ਇੱਕ ਤਾਂ ਕਿਸੇ ਦਾ ਕਿਹਾ ਹੋਇਆ ਜਿਹੜਾ ਹੈ ਸਹਾਰਦੇ ਨਹੀਂ, ਦੂਸਰਾ ਜੇ ਕੋਈ ਕ੍ਰੋਧ ਦੇ ਨਾਲ ਬੋਲ ਰਿਹਾ ਹੋਵੇ ਤਾਂ ਆਪਾਂ ਨਿਮਰਤਾ ਨਹੀਂ ਰੱਖਣਾ ਕਰਦੇ। ਇਹ ਬਹੁਤ ਵੱਡੀ ਸਿੱਖਿਆ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਕਹਿੰਦੇ ਨਿਮਣ ਸੋ ਅੱਖਰ ਖਵਣ ਗੁਣ ਜਿਹਬਾ ਮਣੀਆਂ ਮੰਤ, ਕਹਿੰਦੇ ਤੀਸਰਾ ਤਰੀਕਾ ਤੈਨੂੰ ਇਹ ਦੱਸਣਾ ਕਰਦੇ ਵੀ ਜੀਭ ਤੋਂ ਜਦੋਂ ਬੋਲਣਾ ਨਾ ਮਿੱਠਾ ਬੋਲਣਾ, ਪ੍ਰੇਮ ਦੇ ਨਾਲ ਬੋਲਣਾ, ਪਿਆਰ ਦੇ ਨਾਲ ਬੋਲਣਾ। ਹੁਣ ਪਤੀ ਗੁੱਸੇ ਵਿੱਚ ਹੋਵੇ ਬੋਲੀ ਜਾਵੇ, ਕਦੇ ਸੱਸ ਸਹੁਰਾ ਬੜੇ ਗੁੱਸੇ ਵਿੱਚ ਬੋਲਣਾ, ਅਤੇ ਬੀਬੀ ਅੱਗੇ ਨਿਮਰਤਾ ਦੇ ਨਾਲ ਪਿਆਰ ਦੇ ਨਾਲ ਬੋਲੀ ਜਾਵੇ, ਪਿਆਰ ਭਰੇ ਬਚਨ ਬੋਲਣਾ ਕਰੇ, ਆਖਿਰਕਾਰ ਤਾਂ ਉਹਨਾਂ ਨੂੰ ਸਮਝਣਾ ਪਵੇਗਾ ਨਾ ਵੀ ਇਹ ਤਾਂ ਗੁੱਸਾ ਨਹੀਂ ਕਰ ਰਹੀ, ਇਹ ਤਾਂ ਪਿਆਰ ਦੇ ਨਾਲ ਬੋਲ ਰਹੀ ਸਨ। ਪਰ ਇੰਨੀ ਜ਼ਹਿਰ ਸਕਤੀ ਸਾਡੇ ਵਿੱਚ ਹੋਣਾ ਨਹੀਂ ਕਰਦੀ, ਕਿਉਂਕਿ ਅਸੀਂ ਤਾਂ ਅੱਗ ਦੇ ਨਾਲ ਪਹਿਲੋਂ ਭਰੇ ਪਏ ਹਾਂ। ਇਹ ਤਾਂ ਇਹ ਹਾਲਤ ਬਣੀ ਹੋਈ ਵੀ ਇੱਕ ਨੇ ਤੀਲੀ ਲਾਈ, ਦੂਜਾ ਕਹਿੰਦਾ ਮੈਂ ਸਾਰੀਆਂ ਬਚਾ ਕੇ ਹਟਾਂਗਾ। ਸੋ ਇਹ ਸਾਧ ਸੰਗਤ ਜੀ, ਐਸੀ ਸਿੱਖਿਆ ਸਤਿਗੁਰਾਂ ਨੇ ਪਾਵਨ ਗੁਰਬਾਣੀ ਵਿੱਚ ਦੇਣਾ ਕੀਤੀ, ਜੋ ਕਿ ਆਨੰਦ ਕਾਰਜ ਦੇ ਸਮੇਂ ਦਿੱਤੀ ਜਾਂਦੀ ਹੈ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਾਹਿਬ ਜੀ ਨੇ ਇਹ ਚਾਰ ਲਾਵਾਂ ਜਿਹੜੀਆਂ ਉਚਾਰਨ ਕੀਤੀਆਂ ਨਾ, ਇਹਨਾਂ ਦੇ ਵਿੱਚ ਸਮਾਜਿਕ ਤੌਰ 'ਤੇ ਸਾਨੂੰ ਜਿਹੜਾ ਹੈ ਉਹ ਵੀ ਸਿੱਖਿਆ ਬਖਸ਼ਿਸ਼ ਕੀਤੀ ਵੀ ਸਮਾਜ ਦੇ ਵਿੱਚ ਕਿਹੋ ਜਿਹੀ ਸਿੱਖਿਆ ਗ੍ਰਹਿਣ ਕਰਕੇ ਰੱਖਣੀ। ਤੁਸੀਂ ਆਪਣਾ ਸਾਧ ਸੰਗਤ ਜੀ ਸਮਾਂ ਦਾ ਜੋ ਸਮਾਂ ਹੈ ਉਹਦੇ ਵਿੱਚ ਆਪਾਂ ਯਤਨ ਕਰਾਂਗੇ ਕਿ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਮੇਰੇ ਮਨ ਦੇ ਵਿੱਚ ਵਿਚਾਰ ਆਈ ਵੀ ਆਪਾਂ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਚਾਰ ਕੀਤੀਆਂ ਚਾਰ ਲਾਵਾਂ ਦਾ ਹੀ ਜਿਹੜਾ ਹੈ ਪਾਠ ਦੀ ਜੋ ਹੈ ਇਹਦੀ ਸਾਰੀ ਕਥਾ ਕਰੀਏ, ਤਾਂ ਕਿ ਇਹਦੇ ਅਰਥ ਕਰਕੇ ਸਾਨੂੰ ਸਮਝ ਲੱਗੇ ਵੀ ਇਹ ਗੁਰਬਾਣੀ ਵਿੱਚ ਕੀ ਸਿੱਖਿਆ ਸਤਿਗੁਰਾਂ ਨੇ ਦਿੱਤੀ ਹੋਈ ਹੈ ਸਾਨੂੰ। ਸੋ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਰਹਿਮਤ ਕਰਨ, ਸਮੇਂ ਦੀ ਸਾਧ ਸੰਗਤ ਜੀ ਸਮਾਪਤੀ ਹੈ।
सतगुरु गरीब नवाज सच्चे पातशाह जी पावन पवित्र उपदेश सानू सारिया नू कमाई करन दी समर्था बख्शिश करना करन गुरु का उपदेश कमा करके आपां अपने जीवन नू जड़ा है वधिया तरीके दे नाल तोर सकीए और दरों करों गरीब नवाज सच्चे पातशाह महाराज साहब जी गुरसिखी की दात बख्शिश करना करन सारिया संगतां दे सतगुरु गरीब नवाज सच्चे पातशाह जी सिर ते मेहर भरिया हथ रखण। सो सतगुरु गरीब नवाज सच्चे पातशाह महाराज साहब जी कृपा करन सब नू दरों करों गुरसिखी की दात बाणी बाणे का प्यार बख्शिश करना करन। सो साध सिंह जी इत्थे ही समाप्ति है, बोलदियां तो बेअंत प्रकार दियां भुल्लां हो सकदियां है क्योंकि दास नू हुण समां भी काफ़ी हो गया, एक साल हो गया करीब तुहाडे कोल रहिंदिआं ते कथा कीती नहीं, ते कथा दा अभ्यास इहो जिहा भी जे कितें आपां इक हफ्ता कथा ना करिए अगले हफ्ते सब कुछ भुल जांदा, कुछ याद ही नहीं रहना करता। ये रोज़ करते रहिए तो फिर ही गुरु साहब जी की कृपा नाल हुंदी है। सो सतगुरु गरीब नवाज सच्चे पातशाह कृपा करन आप संगतां सीस बख्शो ता कि आपां गुरु के कुछ बचन जिहड़ा है शाम के दीवान विच भी विचार सकीए। सो इत्थे ही साध सिंह जी समाप्ति है, आओ आनंद साहब की पावन बाणी का जाप करना करिए। वाहिगुरु जी का खालसा वाहिगुरु।